ਹੁਣੀ ਹੁਣੀ ਖਬਰ ਆਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਰਸਾਤ ਕਾਰਨ ਅਤੇ ਭਾਖੜਾ ਡੈਮ ਦੇ ਗੇਟ ਖੁੱਲ੍ਹਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਪਹੁੰਚ ਗਿਆ, ਫਲੱਡਸ ਆ ਗਿਆ। ਰੋਪੜ ਜ਼ਿਲ੍ਹਾ, ਨਵਾਂਸ਼ਹਿਰ ਜ਼ਿਲ੍ਹਾ, ਜਲੰਧਰ ਅਤੇ ਲੁਧਿਆਣਾ ਅਤੇ ਮੋਗਾ ਏਰੀਏ 'ਚ ਕਈ ਪਿੰਡਾਂ 'ਚ ਪਾਣੀ ਆ ਗਿਆ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਜਿੱਥੇ ਪਿੰਡਾਂ ਵਿੱਚ ਪਾਣੀ ਆ ਗਿਆ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੋ, ਉਹਨਾਂ ਨੂੰ ਹਰ ਕਿਸਮ ਦੀ ਲੋੜ ਜੋ ਹੋਏ ਪੂਰੀ ਕਰੋ। ਜੇ ਕੋਈ ਸਿਚੁਏਸ਼ਨ ਜ਼ਿਆਦਾ ਗੰਭੀਰ ਹੁੰਦੀ ਹੈ ਤੁਸੀਂ ਮੈਨੂੰ ਇਨਫੋਰਮ ਵੀ ਕਰੋ, ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕਰੋ। ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਟੈਲੀਫੋਨ ਕੀਤਾ ਅਤੇ ਮੈਂ ਸਾਰੇ AGPC ਮੈਂਬਰਾਂ ਨੂੰ ਵੀ ਕਹਿੰਦਾ ਉਸ ਇਲਾਕੇ ਦੇ ਜਿੱਥੇ ਇੱਥੇ ਆਪਣੇ ਗੁਰੂ ਘਰ ਹੈ ਉੱਥੇ ਲੰਗਰ ਦਾ ਵੀ ਇੰਤਜ਼ਾਮ ਕਰੋ। ਸੰਗਤਾਂ ਜੇ ਘਰ ਨਹੀਂ ਰਹਿ ਸਕਦੀਆਂ ਉਹਨਾਂ ਨੂੰ ਆਪਣੇ ਗੁਰੂ ਘਰਾਂ 'ਚ ਲੈ ਕੇ ਉੱਥੇ ਸਾਰਾ ਦਾ ਇੰਤਜ਼ਾਮ ਕਰੋ। ਆਹ ਬਹੁਤ ਵੱਡਾ ਮਸਲਾ ਮੁਸ਼ਕਿਲ ਆਪਣੇ ਪੰਜਾਬੀਆਂ ਨੂੰ ਆ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਗਿਆ ਅਤੇ ਫਲੱਡਸ ਕਰਕੇ ਹਾਲਾਤ ਤਾਂ ਵਿਗੜ ਗਈ ਹੈ। ਅਫਸੋਸ ਇਸ ਗੱਲ ਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹਦੀ ਇਹ ਜ਼ਿੰਮੇਵਾਰੀ ਹੈ ਹਾਲੇ ਵੀ ਸੁੱਤਾ ਪਿਆ। ਆਹ ਕੰਮ ਪਹਿਲੇ ਹੋਣੇ ਚਾਹੀਦੇ ਸੀ, ਸਾਰੀ ਅਰੇਂਜਮੈਂਟਸ ਪਹਿਲੇ ਹੋਣੀ ਚਾਹੀਦੀ ਸੀ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਤੱਕ ਕੋਈ ਅਰੇਂਜਮੈਂਟ ਨਹੀਂ ਹੋਈ। ਤਾਂ ਹੁਣ ਆਪਾਂ ਸਾਰੇ ਰਲ ਮਿਲ ਕੇ ਆਪਾਂ ਮਦਦ ਕਰੀਏ ਅਤੇ ਜਿਸ ਨੂੰ ਵੀ ਕੋਈ ਲੋੜ ਹੈ ਹਰ ਕਿਸਮ ਦੀ ਲੋੜ ਆਪਾਂ ਪੂਰੀ ਕਰੀਏ।